NIA National Investigation Agency. ਜੀ ਹਾਂ, ਕੌਮੀ ਜਾਂਚ ਏਜੰਸੀ ਨੇ ਪੰਜਾਬ ਦੇ ਵਿੱਚ ਅੱਧੇ ਦਰਜਨ ਤੋਂ ਜ਼ਿਆਦਾ ਸ਼ਹਿਰਾਂ ਦੀਆਂ ਅਲੱਗ ਅਲੱਗ ਲੋਕੇਸ਼ਨਾਂ 'ਤੇ ਥਾਵਾਂ 'ਤੇ ਛਾਪੇਮਾਰੀ ਕੀਤੀ ਹੈ। ਜੇ ਕਹੀਏ ਤਾਂ 2024 ਦੀ ਇਹ ਪਹਿਲੀ ਸਭ ਤੋਂ ਵੱਡੀ ਛਾਪੇਮਾਰੀ ਹੈ। ਜੇਕਰ ਗੱਲ ਕਰੀਏ ਤਾਂ ਤਰਨ ਤਾਰਨ, ਫਿਰੋਜ਼ਪੁਰ, ਬਠਿੰਡਾ, ਜਲੰਧਰ, ਲੁਧਿਆਣਾ, ਰੋਪੜ, ਮੋਹਾਲੀ, ਪਟਿਆਲਾ ਆਦਿ ਕਈ ਵੱਡੇ ਸ਼ਹਿਰਾਂ ਦੇ ਵਿੱਚ ਅਲੱਗ ਅਲੱਗ ਇੱਕ ਦਰਜਨ ਤੋਂ ਜ਼ਿਆਦਾ ਲੋਕੇਸ਼ਨਾਂ 'ਤੇ ਛਾਪੇਮਾਰੀ ਹੋਈ ਹੈ ਅਤੇ ਇੱਕ ਦਰਜਨ ਤੋਂ ਜ਼ਿਆਦਾ ਸ਼ੱਕੀ ਵਿਅਕਤੀਆਂ ਨਾਲ, ਮਸ਼ਕੂਕਾਂ ਦੇ ਨਾਲ ਗੱਲਬਾਤ ਵੀ ਕੀਤੀ ਗਈ ਹੈ। ਤੁਹਾਨੂੰ ਦੱਸ ਦਿੰਦੇ ਹਾਂ ਕਿ ਉਹਨਾਂ ਨੇ 2 ਪਿਸਤੌਲ, 2 ਮੈਗਜ਼ੀਨ, ਅਨੇਕਾਂ ਗੋਲੀ ਸਿੱਕਾ ਅਤੇ 4.5 ਲੱਖ ਰੁਪਏ ਦੇ ਆਸ ਪਾਸ ਨਕਦੀ ਵੀ ਬਰਾਮਦ ਕੀਤੀ ਅਤੇ ਆਪਣੀ ਹੱਥ ਵਿੱਚ ਲਈ ਹੈ। ਤੁਹਾਨੂੰ ਦੱਸ ਦਿੰਦੇ ਹਾਂ ਕਿ NIA ਦੇ ਅਫਸਰਾਂ ਨੇ ਪੰਜਾਬ ਪੁਲਿਸ ਦੇ ਨਾਲ ਮਿਲ ਕੇ ਕਾਰਵਾਈ ਕੀਤੀ ਹੈ। ਤੁਹਾਨੂੰ ਯਾਦ ਹੋਵੇਗਾ ਕਿ ਪਿਛਲੇ ਸਾਲ 10 ਜੁਲਾਈ 2023 ਨੂੰ ਹਰਵਿੰਦਰ ਸਿੰਘ ਰਿੰਦਾ ਅਤੇ ਲਖਬੀਰ ਸਿੰਘ ਸੰਧੂ, ਯਾਨੀ ਕਿ ਲੰਡਾ, ਉਹਨਾਂ ਦੇ ਖਿਲਾਫ਼ FIR ਦਰਜ ਕੀਤੀ ਗਈ ਸੀ। NIA ਦਾ ਕਹਿਣਾ ਕਿ ਅਸੀਂ ਪੰਜਾਬ ਪੁਲਿਸ ਦੇ ਨਾਲ ਇਸ ਸਾਰੀ ਲੋਕੇਸ਼ਨ ਛਾਪੇਮਾਰੀ ਕੀਤੀ ਹੈ ਕਿਉਂਕਿ ਸਾਨੂੰ ਸ਼ੱਕ ਹੈ ਕਿ ਕਿਤਨਾ ਕਿਤੇ ਗੈਂਗਸਟਰ ਅਤੇ ਅੱਤਵਾਦੀਆਂ ਦਾ ਜੋ ਆਪਸੀ ਨੈੱਟਵਰਕ ਹੈ ਇਹ ਕਾਫ਼ੀ ਫੈਲਦਾ ਜਾ ਰਿਹਾ ਹੈ। ਇੰਨੇ ਨਹੀਂ, ਅਲੱਗ ਅਲੱਗ ਲੋਕੇਸ਼ਨਾਂ 'ਤੇ ਜਾ ਕੇ ਅਨੇਕਾਂ ਚੀਜ਼ਾਂ ਬਰਾਮਦ ਕੀਤੀਆਂ ਗਈਆਂ, ਨਾਲ ਦੇ ਨਾਲ ਜਾਇਦਾਦਾਂ ਦਾ ਵੇਰਵਾ ਵੀ ਰਿਕਾਰਡ ਕੀਤਾ ਗਿਆ, ਨਾਲ ਦੇ ਨਾਲ ਮੋਬਾਈਲ ਫੋਨ ਟੈਪ ਕੀਤੇ ਗਏ, ਇੱਥੇ ਤੱਕ ਕਿ ਬੈਂਕ ਖਾਤੇ ਅਤੇ ਹੋਰ ਵੀ ਜਿਹੜੇ ਲੈਪਟੋਪ ਜਾਂ ਕੰਪਿਊਟਰ ਹੁੰਦੇ ਨੇ ਅਤੇ ਹੋਰ ਜ਼ਰੂਰੀ ਦਸਤਾਵੇਜ਼ ਹੁੰਦੇ ਆ ਉਹ ਸਾਰੇ ਹੀ NIA ਨੇ ਆਪਣੇ ਕਬਜ਼ੇ ਵਿੱਚ ਲੈ ਲਏ। ਉਹਨਾਂ ਨੇ ਕਿਹਾ ਕਿ ਅਸੀਂ 1 ਦਰਜਨ ਤੋਂ ਜ਼ਿਆਦਾ ਲੋਕਾਂ ਨਾਲ ਗੱਲਬਾਤ ਕੀਤੀ ਹੈ, ਉਹਨਾਂ ਦੇ ਨਾਲ ਸਵਾਲ ਜਵਾਬ ਕੀਤੇ ਹੈ, ਜਿਨ੍ਹਾਂ ਜਿਨ੍ਹਾਂ ਸਾਨੂੰ ਸ਼ੱਕ ਹੈ ਕਿ ਸ਼ਾਇਦ ਇਹਨਾਂ ਦੇ ਗੈਂਗਸਟਰਾਂ ਦੇ ਨਾਲ ਸਿੱਧੇ ਜਾਂ ਅਸਿੱਧੇ ਰੂਪ ਦੇ ਨਾਲ ਕੋਈ ਕਨੈਕਸ਼ਨ ਜਾਂ ਲਿੰਕ ਹੋ ਸਕਦੇ ਆ। ਤੁਹਾਨੂੰ ਦੱਸ ਦਿੰਦੇ ਹਾਂ ਕਿ ਕੇਂਦਰ ਸਰਕਾਰ ਦੇ ਹੇਠ NIA ਆਉਂਦੀ ਹੈ ਅਤੇ ਇਸ ਏਜੰਸੀ ਨੇ ਹੁਣ ਤੱਕ ਕਈ ਵੱਡੀ ਕਾਰਵਾਈਆਂ ਕੀਤੀਆਂ ਨੇ, ਲੇਕਿਨ ਚੜ੍ਹਦੇ ਸਾਲ 2024 ਦੀ ਇਹ ਸਭ ਤੋਂ ਵੱਡੀ ਕਾਰਵਾਈ ਮੰਨੀ ਜਾਂਦੀ ਹੈ, ਜਿਸ ਵਿੱਚ 2 ਪਿਸਤੌਲ, 2 ਮੈਗਜ਼ੀਨਾਂ, 4.5 ਲੱਖ ਤੋਂ ਜ਼ਿਆਦਾ ਨਕਦੀ ਅਤੇ ਹੋਰ ਵੀ ਕਈ ਤਰ੍ਹਾਂ ਦੇ ਦਸਤਾਵੇਜ਼ 1/2 ਦਰਜਨ ਤੋਂ ਜ਼ਿਆਦਾ ਪੰਜਾਬ ਦੇ ਵੱਡੇ ਸ਼ਹਿਰਾਂ ਦੀਆਂ 1 ਦਰਜਨ ਜ਼ਿਆਦਾ ਲੋਕੇਸ਼ਨਾਂ ਤੋਂ ਬਰਾਮਦ ਕੀਤੇ ਗਏ ਹਨ।